कॉस्मो हुंडई जीटी रोड जालंधर की ओर से नई हुंडई क्रेटा को लॉन्च किया गया। हुंडई की ग्लोबल डिजाइन लैंग्वेज सेंसुअल स्पोर्टनेस पर आधारित ये क्रेटा कार है। नई हुंडई क्रेटा एडवांस्ड एंड हाईटेक फीचर स्क्वाड बीम एलईडी हेडलैम्प्स हुंडई स्मार्ट सेंस लेवल 2 ADAS वॉइस इनेबल्ड स्मार्ट पैनोरमिक सनरूफ प्रीमियम इंटीरियर ड्राइव मोड सिलेक्ट ट्रैक्शन कंट्रोल मोड बॉस प्रीमियम साउंड सिस्टम 8 स्पीकर्स और पेडल शिफ्टर से लैस है। इस कार की लॉन्चिंग CSD मैनेजर पवन कुमार मीना ने विशेष रूप से उपस्थित होकर की। इस मौके पर MD प्रवीण आहूजा CEO नरेंद्र कौशल ESM समीर शर्मा कॉरपोरेट मैनेजर अक्षत भार्गव सहित समूह स्टाफ मौजूद रहा। जालंधर से हलचल के लिए कैमरामैन राजबीर की रिपोर्ट। ਸਾਰਿਆਂ ਨੂੰ ਨਮਸਕਾਰ, ਮੈਂ ਪੰਕਜ ਆਹੂਜਾ ਕੋਸਮੈਂਡਾਈ ਗਰੁੱਪ ਤੋਂ ਅਤੇ ਸਾਰਿਆਂ ਨੂੰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਅਤੇ ਸਾਰਿਆਂ ਨੂੰ ਨਾਲ ਇਹ ਦੱਸਣਾ ਚਾਹੁੰਦਾ ਕਿ ਇੱਧਰ ਸਾਡੇ ਨਵੀਂ ਗੱਡੀ ਕ੍ਰੇਟਾ ਲਾਂਚ ਹੋਈ ਹੈ ਅਤੇ ਮੈਂ ਸਾਰੇ ਆਪਣੇ ਕਸਟਮਰਸ ਨੂੰ ਰਿਕੁਐਸਟ ਕਰਦਾ ਕਿ ਉਹ ਆਏ ਅਤੇ ਇਹ ਗੱਡੀ ਦੇ ਫੀਚਰਸ ਨੂੰ ਦੇਖੇ ਅਤੇ ਇਹਦੇ ਜੋ ਅਟਰੈਕਸ਼ਨਸ ਹੈ ਸਾਰੇ ਪੁਆਇੰਟਸ ਹੈ ਉਹਨੂੰ ਇੰਜੋਏ ਕਰੇ ਅਤੇ ਆਪਣੇ ਉਸ ਮੁਤਾਬਿਕ ਕਿਉਂਕਿ ਗੱਡੀ ਕਾਫੀ ਡਿਮਾਂਡ ਆਏ ਹੈ ਉਹਦੀ ਅਤੇ ਇਹਨੂੰ ਗੱਡੀ ਜਲਦੀ ਤੋਂ ਜਲਦੀ ਬੁਕਿੰਗ ਕਰਾਓ ਅਤੇ ਆਪਣੇ ਘਰ ਬਹੁਤ ਸੋਹਣੀ ਜਿਹੀ ਗੱਡੀ ਹੈ ਮਤਲਬ ਫੀਚਰਸ ਵਾਲੀ ਅਤੇ ਉਹਨੂੰ ਗੱਡੀ ਕਰ ਲੈ ਜਾਓ ਮਤਲਬ। ਵੈਲਕਮ ਟੂ ਕੋਸਮੋ ਹੁੰਡਈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੀ ਸਾਡੀ ਲੇਟੈਸਟ ਬ੍ਰੈਂਡ ਯੂ ਮੋਸਟ ਲਵਿੰਗ SUV ਕਾਰ ਆਈ ਹੈ ਕ੍ਰੇਟਾ ਬਾਰੇ। ਹਿੰਡਈ ਕ੍ਰੇਟਾ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਹਰ ਕਸਟਮਰ ਦੀ ਡ੍ਰੀਮ ਕਾਰ ਹੁੰਦੀ ਹੈ, ਹਰ ਬੰਦੇ ਨੂੰ ਪਸੰਦ ਆਉਂਦੀ ਹੈ ਅਤੇ ਹਰ ਕੋਈ ਚਾਹੁੰਦਾ ਕਿ ਮੈਂ ਆਹ ਕਾਰ ਲਵਾਂ। 16th January ਨੂੰ ਇਹਦਾ ਲਾਂਚ ਹੋ ਚੁੱਕਾ 2024 ਦੇ ਵਿੱਚ। ਇਹ ਤੁਹਾਨੂੰ ਆਪਾਂ ਡਿਫਰੈਂਸ ਦੱਸਾਂਗੇ, ਕਲਰਸ ਦੱਸਾਂਗੇ, ਮਾਡਲ ਦੱਸਾਂਗੇ, ਵੇਟਿੰਗ ਦੱਸਾਂਗੇ ਅਤੇ ਹਿੰਡਈ ਦੇ ਸਿਗਨੇਚਰ ਡੀਲਰਸ਼ਿਪ ਦੇ ਵਿੱਚ ਆ ਚੁੱਕੀ ਹੈ ਕੋਸਮੋ ਹਿੰਡਈ। ਸਭ ਤੋਂ ਪਹਿਲਾਂ ਤਾਂ ਤੁਸੀਂ ਲੁੱਕ ਦੇਖ ਸਕਦੇ ਹੋ ਕਾਰ ਦੀ, ਜੋ ਫਰੰਟ ਦੇ ਵਿੱਚ ਚੇਂਜ ਕੀਤਾ ਗਿਆ, ਡਿਜ਼ਾਈਨਿੰਗ ਬਹੁਤ ਐਕਸਟਰਾ ਆਰਡਨਰੀ ਲਗਜ਼ਰੀ ਲੁੱਕ ਆ ਚੁੱਕੀ ਹੈ। ਫਰੰਟ ਦੀ ਆਪਾਂ ਗੱਲ ਕਰੀਏ, ਹਿੰਡਈ ਦਾ ਲੋਗੋ ਐਚ ਦੇ ਵਿੱਚ ਜਿਹੜਾ ਆ ਰਿਹਾ ਮੈਟ ਦੇ ਵਿੱਚ ਆ ਰਿਹਾ, ਕਸਟਮਰ ਐਂਡ ਐਗਜ਼ੀਕਿਊਟਿਵ ਦਾ ਰਿਲੇਸ਼ਨਸ਼ਿਪ ਸਿੰਬਲ। ਉਸ ਤੋਂ ਬਾਅਦ ਜਿਹੜੀਆਂ DRLs ਆ ਰਹੀਆਂ ਨੇ, ਬਹੁਤ ਹੀ ਪਿਆਰੀਆਂ DRLs ਹੈ, ਪੂਰੀ ਕਨੈਕਟਡ LED DRLs ਸਾਨੂੰ ਇਹਦੇ ਵਿੱਚ ਮਿਲ ਜਾਣਗੀਆਂ। ਪੁਰਾਣੀ ਜਿਹੜੀ ਕਾਰ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਸਮਾਲ DRLs ਹੁੰਦੀਆਂ ਸੀ, ਇਹਦੇ ਵਿੱਚ ਕਨੈਕਟਡ DRLs ਸਾਨੂੰ ਆ ਰਹੀਆਂ। ਫਰੰਟ ਗੱਲ ਕਰੀਏ, ਪਹਿਲਾਂ ਪੈਰਾਮੈਟ੍ਰਿਕ ਗ੍ਰਿਲ ਆਉਂਦੇ, ਹੁਣ ਰੈਡੀਏਟਰ ਗ੍ਰਿਲ ਆ ਰਹੀ ਹੈ ਡਾਰਕ ਕਰੋਮ ਦੇ ਵਿੱਚ, ਜਿਹੜੀ ਕਾਰ ਨੂੰ ਹੋਰ ਜ਼ਿਆਦਾ SUV ਨੂੰ ਬੋਲਡ ਕਰ ਰਹੀ ਹੈ। ਫਰੰਟ ਦੀ ਆਪਾਂ ਗੱਲ ਕਰੀਏ, ਪ੍ਰੋਪਰ ਆਫ ਰੋਡਿੰਗ ਵਾਲੀ ਲੁੱਕ ਸਾਨੂੰ ਮਿਲ ਰਹੀ ਹੈ, ਇਹਦੇ ਵਿੱਚ ਸਿਲਵਰ ਕਲਰ ਬਲੈਕ ਕਲਰ ਦੀਆਂ ਸਕਿਡ ਪਲੇਟਸ ਮਿਲ ਰਹੀਆਂ ਨੇ। LED ਲਾਈਟਸ ਦੇ ਵਿੱਚ ਤੁਹਾਨੂੰ ਪਹਿਲਾਂ 3 ਬਲਬਸ ਆਉਂਦੇ ਸੀਗੇ, ਹੁਣ ਇਹਦੇ ਵਿੱਚ 4 ਆ ਰਹੇ ਨੇ, 1 2 3 4 ਪ੍ਰੋਪਰ LED ਲਾਈਟਸ ਇਹਦੇ ਵਿੱਚ ਤੁਹਾਨੂੰ ਮਿਲ ਰਹੀਆਂ ਨੇ। ਬੋਨਟ ਤੁਸੀਂ ਦੇਖ ਸਕਦੇ ਹੋ ਜਿਹੜੀ ਨਵੀਂ ਕਾਰ ਦਾ ਹੈ, ਅਪਰ ਹੁੱਡ ਡਿਜ਼ਾਈਨ, ਇਟਸ ਕਾਲ ਅਪਰ ਹੁੱਡ। ਪਹਿਲਾਂ ਨੋਰਮਲ ਬੋਨਟ ਆਉਂਦਾ ਸੀਗਾ, ਸਿੰਪਲ ਹੁੱਡ, ਹੁਣ ਅਪਰ ਹੁੱਡ ਦੇ ਵਿੱਚ ਆ ਗਿਆ SUV ਦੇ ਵਿੱਚ। ਇਸ ਕਾਰ ਦੀ ਜਦੋਂ ਆਪਾਂ ਗੱਲ ਕਰੀਏ, ਇਹਦੇ ਵਿੱਚ ਟੋਟਲ 2 ਤਰ੍ਹਾਂ ਦੇ ਇੰਜਨ ਆਉਂਦੇ ਨੇ, 1.5 ਕਾਪਾ ਪੈਟਰੋਲ ਇੰਜਨ, 1.5 ਡੀਜ਼ਲ ਇੰਜਨ। ਹਿੰਡਈ ਨੇ ਦੋ ਹੀ ਦੇ ਵਿੱਚ ਡੀਜ਼ਲ ਇੰਜਨ ਅਤੇ ਪੈਟਰੋਲ ਇੰਜਨ, ਡੀਜ਼ਲ ਦੇ ਵਿੱਚ ਵੀ ਤੁਹਾਨੂੰ ਆਟੋਮੈਟਿਕ ਟਰਾਂਸਮਿਸ਼ਨ ਮਿਲ ਜਾਂਦੀ ਹੈ, ਪੈਟਰੋਲ ਦੇ ਵਿੱਚ ਵੀ ਆਟੋਮੈਟਿਕ ਟਰਾਂਸਮਿਸ਼ਨ ਜਾਂਦੇ। ਇੱਕ ਤੁਹਾਨੂੰ ਹੋਰ ਇੰਜਨ ਮਿਲ ਜਾਂਦਾ ਇਹਦੇ ਵਿੱਚ, 1.4 ਟਰਬੋ ਪੈਟਰੋਲ GDI, ਉਹ ਵੀ ਤੁਹਾਨੂੰ ਇਹਦੇ ਵਿੱਚ ਇੰਜਨ ਦੀ ਆਪਸ਼ਨ ਮਿਲ ਜਾਂਦੀ ਹੈ ਤੁਸੀਂ ਪੈਟਰੋਲ ਲੈਣਾ ਚਾਹੁੰਦੇ ਹੋ। ਫੀਚਰਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਫੀਚਰਸ ਨੇ। ਕਲਰਸ ਦੀ ਗੱਲ ਕਰੀਏ, ਟੋਟਲ 7 ਕਲਰਸ ਆਏ ਨੇ, 6 ਹਾਰਡ ਹੈ, 1 ਡਿਊਲ ਟੋਨ ਆ ਜਾਏਗਾ। ਸਭ ਤੋਂ ਪਹਿਲਾਂ ਜਿਹੜਾ ਕਲਰ ਆ ਜਾਏਗਾ ਇਹਦੇ ਵਿੱਚ ਤੁਹਾਡੀ ਅੱਖਾਂ ਸਾਹਮਣੇ, ਤੁਸੀਂ ਦੇਖ ਰਹੇ ABS ਬਲੈਕ। ਉਸ ਤੋਂ ਬਾਅਦ ਲੋਕਾਂ ਦਾ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਐਟਲਸ ਵਾਈਟ ਕਲਰ ਆ ਜਾਏਗਾ। ਫਿਰ ਇੱਕ ਨਵਾਂ ਕਲਰ ਇਹਨਾਂ ਨੇ ਲਾਂਚ ਕੀਤਾ, ਰੇਂਜਰ ਖਾਕੀ। ਫਿਰ ਇੱਕ ਆ ਜਾਏਗਾ ਇਹਦੇ ਵਿੱਚ ਟਾਈਟਨ ਮਟੈਲਿਕ ਗ੍ਰੇ ਦੇ ਵਿੱਚ, ਜਿਹੜਾ ਗ੍ਰੇ ਕਲਰ ਆ ਉਹ ਮਟੈਲਿਕ ਆ ਰਿਹਾ ਇਸ ਵਾਰੀ, ਉਹ ਵੀ ਤੁਹਾਨੂੰ ਕਲਰ ਦੇ ਵਿੱਚ ਮਿਲ ਜਾਏਗਾ। ਠੀਕ ਹੈ, ਹੁਣ ਆਪਾਂ ਗੱਲ ਕਰੀਏ ਕਾਰਸ ਦੇ ਫੀਚਰਸ ਦੀ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ LED ਲਾਈਟਸ, DRLs, ਫਰੰਟ ਲੁੱਕ ਦਾ। ਹੁਣ ਅਲੋਏ ਵੀਲਸ ਦੀ ਆਪਾਂ ਗੱਲ ਕਰੀਏ, ਡਾਇਮੰਡ ਕੱਟ 17 ਇੰਚਿਸ ਦਾ ਅਲੋਏ ਵੀਲਸ ਆ ਰਹੇ ਆ। ਉਸ ਮਿਰਰ ਸਾਈਡ ਵਾਲੇ ਫੋਲਡੇਬਲ ਇਲੈਕਟ੍ਰਿਕ ਨਵੀਂ ਚੀਜ਼ ਇਹਦੇ ਵਿੱਚ ਐਡ ਕੀਤੀ ਗਈ ਹੈ। 360 ਕੈਮਰਾ ਤੁਹਾਨੂੰ ਫਰੰਟ ਅਤੇ ਸਾਈਡਸ 'ਤੇ ਬਹੁਤ ਸਾਈਡ ਕੈਮਰਾ ਮਿਲ ਜਾਏਗਾ, ਕਰੋਮ ਹੈਂਡਲਸ ਆ ਜਾਣਗੇ, ਸਿਲਵਰ ਰੂਫ ਰੇਲਸ, ਐਜ਼ ਸਾਈਡ ਪ੍ਰੋਫਾਈਲ ਆਲਮੋਸਟ ਸੇਮ ਹੈ। ਫਰੰਟ ਐਂਡ ਰੀਅਰ ਲੁੱਕ ਦੇ ਵਿੱਚ ਜੋ ਚੇਂਜ ਕੀਤਾ ਗਿਆ, ਰੀਅਰ ਦੀ ਜਦੋਂ ਆਪਾਂ ਗੱਲ ਕਰੀਏ, ਜੋ LED ਲਾਈਟਸ ਹੈ ਤੁਸੀਂ ਦੇਖ ਸਕਦੇ ਹੋ, ਪ੍ਰੋਪਰ LED ਪਲੱਸ 3D ਹੁੰਡਈ ਲੋਗੋ ਮਿਲ ਜਾਏਗਾ ਤੁਹਾਨੂੰ ਇਹਦੇ ਵਿੱਚ।
SX ਲਿਖਿਆ ਆਏਗਾ ਟੌਪ ਮਾਡਲ ਦੇ ਵਿੱਚ, ਕਰੇਟਾ ਲਿਖਿਆ ਆਏਗਾ, ਪ੍ਰੋਪਰ LED ਲਾਈਟਸ ਆ ਜਾਣਗੀਆਂ, ਡੀਫੋਗਰ, ਵਾਈਪਰ ਵਾਸ਼ਰ। ਮੈਂ ਇੱਕ ਵਾਰੀ ਤੁਹਾਨੂੰ ਲਾਈਟ ਚਲਾ ਕੇ ਦਿਖਾਉਣਾ, ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕਨੈਕਟਡ LED ਟੇਲ ਲੈਂਪਸ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੀਆਂ। ਰੀਅਰ ਦੀ ਬੂਟ ਸਪੇਸ ਦੀ ਗੱਲ ਕਰੀਏ, ਹਿਊਜ ਬੂਟ ਸਪੇਸ ਹੈ 433 ਲੀਟਰ ਦਾ। ਰੀਅਰ ਸੀਟਸ ਦੀ ਗੱਲ ਕਰੀਏ, ਕਾਫੀ ਸਪੇਸ਼ੀਅਸ ਹੈ, ਕਰਟਨਸ ਵਗੈਰਾ ਮਿਲ ਜਾਂਦੇ ਨੇ। ਆਪਾਂ ਹੁਣ ਫਰੰਟ ਦੀ ਗੱਲ ਕਰਦੇ ਹਾਂ, ਤੁਹਾਨੂੰ ਬੋਸ਼ ਦਾ ਮਿਊਜ਼ਿਕ ਸਿਸਟਮ ਮਿਲ ਜਾਏਗਾ, ਚਾਰੋ ਪਾਵਰ ਵਿੰਡੋਜ਼, ਇਲੈਕਟ੍ਰਿਕ ਫੋਲਡੇਬਲ ਇਲੈਕਟ੍ਰਿਕ ਸੀਟਸ ਇਹਦੇ ਵਿੱਚ, 8-way ਐਡਜਸਟੇਬਲ ਇਲੈਕਟ੍ਰਿਕ ਸੀਟਸ ਆ ਜਾਣਗੀਆਂ। ਸਟੀਅਰਿੰਗ ਦੇ ਉੱਤੇ ਸਾਰੇ ਕੰਟਰੋਲਸ ਆ ਜਾਣਗੇ। ਇੱਕ ਸਭ ਤੋਂ ਸੋਹਣੀ ਚੀਜ਼ ਇਹਦੇ ਵਿੱਚ ਐਡ ਕੀਤੀ ਗਈ, ਜਿਹੜੀ ਕਸਟਮਰ ਨੂੰ ਅੱਜ ਦੀ ਡੇਟ 'ਚ ਰਿਕੁਆਇਰਡ ਹੈ, ਅਡਾਸ। ਅਡਾਸ ਜਿਹੜਾ ਲੈਵਲ 2 ਇਹਦੇ ਵਿੱਚ ਐਡ ਕੀਤਾ ਗਿਆ, 19+ ਫੀਚਰਸ ਉਹਦੇ ਵਿੱਚ ਮਿਲ ਜਾਂਦੇ ਨੇ। ਉਹਦੇ ਵਿੱਚ ਬੈਨੀਫਿਟਸ ਕੀ ਹੁੰਦਾ, ਤੁਸੀਂ ਕਾਰ ਨੂੰ ਆਟੋਮੈਟਿਕਲੀ ਸਲੋ ਹੋ ਜਾਏਗੀ, ਕੋਈ ਪਰਸਨ ਅੱਗੇ ਆ ਰਿਹਾ ਬ੍ਰੇਕ ਲੱਗ ਜਾਏਗੀ। ਇੰਟੀਰੀਅਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ। ਜੇ ਹੋਰ ਤੁਹਾਡੀ ਰਿਕੁਆਇਰਮੈਂਟਸ ਹੈ, ਕੋਈ ਚੀਜ਼ ਤੁਸੀਂ ਜਾਣਨਾ ਚਾਹੁੰਦੇ ਹੋ, ਵੇਟਿੰਗ ਪੀਰੀਅਡ ਜਾਣਨਾ ਚਾਹੁੰਦੇ ਹੋ, ਤੁਸੀਂ ਪਲੀਜ਼ ਵਿਜ਼ਿਟ ਕਰ ਸਕਦੇ ਹੋ ਨੀਅਰੈਸਟ ਕੋਸਟਵੇ ਹਿੰਡਈ ਦੇ ਸ਼ੋਰੂਮ। ਜਿੰਨੀ ਜਲਦੀ ਤੁਸੀਂ ਵਿਜ਼ਿਟ ਕਰੋਗੇ, ਕਿਉਂਕਿ ਬੁਕਿੰਗਸ ਬਹੁਤ ਜ਼ਿਆਦਾ ਹੋ ਰਹੀਆਂ ਨੇ, ਜਿੰਨੀ ਜਲਦੀ ਆਓਗੇ ਉਨੀ ਜਲਦੀ ਆਪਣੀ ਕਾਰ ਲੈ ਕੇ ਜਾ ਸਕਦੇ ਹੋ ਤੁਸੀਂ ਕਾਰ। ਕਲਰਸ ਵੀ ਕਾਫੀ ਆਪਸ਼ਨਸ ਨੇ, ਵੇਰੀਐਂਟਸ ਕਾਫੀ ਆਪਸ਼ਨ ਨੇ, ਨਵੇਂ ਮਾਡਲਸ ਇਹਦੇ ਵਿੱਚ ਐਡ ਹੋ ਚੁੱਕੇ ਨੇ, ਟਰਬੋ ਇੰਜਨ ਆ ਚੁੱਕਾ, ਇੱਕ ਇੱਕ ਚੀਜ਼ ਤੁਹਾਨੂੰ ਮਿਲ ਜਾਏਗੀ। ਡਿਮਾਂਡ ਤਾਂ ਬਹੁਤ ਜ਼ਿਆਦਾ, ਵੇਟਿੰਗ ਪੀਰੀਅਡ ਤੁਹਾਨੂੰ ਦੇਖਣ ਨੂੰ ਮਿਲੇਗਾ ਹੀ ਮਿਲੇਗਾ। ਥੈਂਕ ਯੂ ਸੋ ਮਚ, ਪਲੀਜ਼ ਵੈਲਕਮ ਕੋਸਟਵੇ ਹਿੰਡਈ ਐਸ ਸੂਨ ਐਸ ਪੋਸੀਬਲ।